ਇਹ ਵੀਰੇ 12.5 ਆ, ਇਹ 12.5 ਆਲ ਓਵਰ ਕੰਮ ਵਾਸਤੇ, ਮਿੱਟੀ ਰੇਤਾ ਜਿਮ ਜਰਾ ਕੰਮ ਵਾਸਤੇ, ਠੀਕ ਹੈ ਜੀ। ਹਾਂਜੀ ਹਾਂਜੀ, ਤੇ ਆਪਾਂ ਜੀ ਕਿੰਨੇ ਫੁੱਟ ਦਾ ਟਰਾਲੀ, 10 ਫੁੱਟ ਤੋਂ ਲੈ ਕੇ 22 ਫੁੱਟ ਤੱਕ ਤਿਆਰ ਕਰ ਰਹੇ ਜੈਕ ਵਾਲੀ। ਹਾਂਜੀ ਹਾਂਜੀ, ਸਾਰੀ ਟਰਾਲੀ ਤਿਆਰ ਕਰ ਰਹੇ ਆਪਾਂ। ਤੇ ਫਿਰ ਜੈਕ ਦੀ ਕੋਈ ਗਰੰਟੀ? 1 ਸਾਲ ਦੀ ਗਰੰਟੀ ਹੁੰਦੀ ਹੈ, ਕੋਈ ਲੀਕ ਹੁੰਦਾ ਪਾਰਟ ਦਾ ਚੇਂਜ ਕਰਕੇ ਦਵਾਂਗੇ ਜੀ ਆਪਾਂ। 16 ਫੁੱਟ ਜੈਕ, ਉਹ 16-7 ਆ ਗਈ ਡਬਲ ਜੈਕ, ਆਲੂ ਗੰਨੇ ਰੇਤੇ ਦੇ ਕੰਮ ਵਾਸਤੇ ਆਲ ਓਵਰ, ਠੀਕ। ਉਹ ਡਬਲ ਜੈਕ ਆ ਗਿਆ, ਰੇਲ ਦਾ ਹਿੱਸਾ ਗਿਆ ਉਹਦੇ 'ਚ, ਰੇਲ ਗੱਡੀ ਦਾ। ਇਹਦੇ ਵਿੱਚ 2 ਜੈਕ ਲੱਗੇ ਹੋਏ ਸੀ? ਹਾਂ, 2 ਜੈਕ ਨੇ ਡਬਲ ਜੈਕ। ਇਹ ਫਿਰ ਕਿੰਨੇ ਟਨ ਦੀ ਰਹੀ? ਇਹ 15-15 200-300 ਕੁਇੰਟਲ ਹੋ ਗਿਆ ਜੀ ਟੋਟਲ। 300 ਬੰਦੇ ਤਿਆਰ ਕਰਵਾਉਣੀ ਹੋਵੇ ਟਰਾਲੀ? ਹਾਂਜੀ ਹਾਂਜੀ, ਕਰ ਦਾਂਗੇ। ਆਪਣੀ ਯੂਟਿਊਬ ਤੋਂ ਦੇਖ ਕੇ, ਇਹਦੇ ਚ ਗਰਾਰੀ ਲੋਕ ਲੱਗਿਆ ਹੋਇਆ ਜੀ, ਠੀਕ ਹੈ। ਹਾਂ, ਗਰਾਰੀ ਖੁੱਲ ਜਾਂਦੀ ਆ, ਡਾਲਾ 2 ਫਾਟ ਆ ਜੀ ਸੈਂਟਰ ਚ ਖੁੱਲਣ ਵਾਲਾ, ਠੀਕ ਹੈ। ਹਾਂ, ਚਿੱਟਾ ਫਰਸ਼ ਆ ਜੀ ਸਮੁੰਦਰੀ ਜਹਾਜ਼ ਦਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਵੀਡੀਓ ਦੇ ਵਿੱਚ। ਪਿਆਰੇ ਵੀਰੋ, ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਸਮਾਣੇ। ਸ਼ਹਿਰ ਸਮਾਣੇ ਤੋਂ ਲਗਭਗ 10-12 ਕਿਲੋਮੀਟਰ ਦੇ ਪਿੰਡ ਪੈਂਦਾ ਰਾਜਗੜ੍ਹ ਸੋਂਡੇਵਾਲ। ਉਰੇ ਵੀਰ ਉਹਨਾਂ ਦਾ ਤੁਹਾਨੂੰ ਪਤਾ ਹੈ, ਤੁਸੀਂ ਯੂਟਿਊਬ 'ਤੇ ਕਾਫੀ ਵੀਡੀਓ ਦੇਖੀ ਹੋਣਗੀਆਂ, ਰੈੱਡ ਜਹਾਜ਼ ਪਟਿਆਲਾ ਵਾਲੇ ਟਰਾਲੀਆਂ ਵਾਲਾ ਕੰਮ ਤੋਂ ਦੇਖ ਲਓ, ਟਰਾਲੀ ਖੜੇ ਨੇ ਪਿੱਛੇ। ਆਪਣੇ ਨਾਲ ਬਾਈ ਜੀ ਨੇ ਰੈੱਡ ਜਹਾਜ਼ ਪਟਿਆਲਾ ਤੋਂ, ਇਹ ਆਪਾਂ ਨੂੰ ਸਾਰੀ ਜਾਣਕਾਰੀ ਦੇਣਗੇ ਬਈ ਕਿੰਨੇ ਫੁੱਟ ਦਾ ਟਰਾਲੀ ਤਿਆਰ ਕਰਦੇ ਹਾਂ ਅਤੇ ਕੀ ਬਿਲਟ ਆ ਅਤੇ ਕੀ ਪ੍ਰਾਈਜ਼ ਆ। ਬਾਈ ਸਤਿ ਸ਼੍ਰੀ ਅਕਾਲ, ਸਵਾਗਤ ਹੈ ਆਪਣੇ ਚੈਨਲ ਦੀ। ਸਤਿ ਸ਼੍ਰੀ ਅਕਾਲ ਬਾਈ ਜੀ, ਠੀਕ ਹੋ ਜੀ? ਹਾਂਜੀ ਹਾਂਜੀ ਬਾਈ ਜੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ, ਸ਼ੁਭ ਨਾਮ? ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ, NAS ਨੰਬਰਦਾਰ ਐਗਰੀ ਵਰਕਰ ਸਮਾਣਾ ਜੀ ਆਪਣੀ ਫਰਮ ਦਾ ਨਾਮ, ਠੀਕ ਹੈ। ਹਾਂਜੀ ਹਾਂਜੀ, ਤੇ ਬਾਈ ਜੇ ਕਿਸੇ ਆਪਾਂ ਲੋਕੇਸ਼ਨ ਦੱਸ ਦਈਏ ਜੀ, ਕਿਸੇ ਲੋਕੇਸ਼ਨ? ਹਾਂਜੀ, ਡਿਸਟ੍ਰਿਕਟ ਪਟਿਆਲਾ ਪੈਂਦਾ ਵੀਰੇ ਪੰਜਾਬ 'ਚ, ਸ਼ਹਿਰ ਸਮਾਣਾ। ਸਮਾਣੇ ਤੋਂ 7 ਕਿਲੋਮੀਟਰ ਅੱਗੇ ਗੜੀ ਸਾਹਿਬ ਧਨੇਠੇ ਦੇ ਨਾਲ ਆਪਣਾ ਪਿੰਡ ਪੈਂਦਾ ਰਾਜਗੜ੍ਹ ਸੋਂਦੇਵਾਲ, ਠੀਕ ਹੈ। ਹਾਂਜੀ ਹਾਂਜੀ ਵੀਰੇ, ਬਾਕੀ ਜੇ ਕਿਸੇ ਵੀਰ ਨੇ ਆਪਾਂ ਲੋਕੇਸ਼ਨ ਵੀ ਭੇਜ ਦੇਣੇ ਮੌਕੇ ਤੇ, ਠੀਕ ਹੈ। ਹਾਂਜੀ ਹਾਂਜੀ, ਤੇ ਬਾਈ ਹੁਣ ਆਪਾਂ ਗੱਲ ਕਰਦੇ ਟਰਾਲੀਆਂ ਦੀ। ਹਾਂਜੀ ਹਾਂਜੀ, ਤੇ ਸਭ ਤੋਂ ਜਿਹੜੀ ਟਰਾਲੀਆਂ ਖੜੀਆਂ ਨੇ ਆਪਾਂ ਨੂੰ, ਹਾਂਜੀ ਹਾਂਜੀ, ਇਹਦੀ ਜਾਣਕਾਰੀ ਦਿਓ। ਇਹ ਵੀਰੇ 12.5 ਆ, ਇਹ 12.5 ਆਲ ਓਵਰ ਕੰਮ ਵਾਸਤੇ, ਮਿੱਟੀ ਰੇਤਾ ਜਿਮ ਜਰਾ ਕੰਮ ਵਾਸਤੇ, ਠੀਕ ਹੈ ਜੀ। ਹਾਂਜੀ ਹਾਂਜੀ, ਤੇ ਆਪਾਂ ਜੀ ਕਿੰਨੇ ਫੁੱਟ ਦਾ ਟਰਾਲੀ? 10 ਫੁੱਟ ਤੋਂ ਲੈ ਕੇ 22 ਫੁੱਟ ਤੱਕ ਤਿਆਰ ਕਰ ਰਹੇ ਜੀ ਜੈਕ ਵਾਲੀ। ਹਾਂਜੀ ਹਾਂਜੀ, ਸਾਰੀ ਟਰਾਲੀ ਤਿਆਰ ਕਰ ਰਹੇ ਆਪਾਂ। ਤੇ ਜਿਵੇਂ ਇਹ 12 ਫੁੱਟ ਦੀ ਹੈ ਜੀ, ਹਾਂਜੀ ਹਾਂਜੀ, ਇਹਦੇ ਵਿੱਚ ਕਿੰਨਾ ਕੁ ਵੇਟ ਹੋ ਜਾਂਦਾ? ਇਹਦਾ 21-22 ਕੁਇੰਟਲ ਹੋ ਜਾਂਦਾ ਜੀ, ਸਮੁੰਦਰੀ ਜਹਾਜ਼ ਦਾ ਫਰਸ਼ ਲਾਉਂਦੇ ਆਪਾਂ, ਠੀਕ ਹੈ। ਹਾਂਜੀ ਹਾਂਜੀ, ਜੈਕ 250 ਕੁਇੰਟਲ ਵਾਲਾ ਲੱਗਦਾ, 10 ਹੱਬ ਟਰੱਕਾਂ ਵਾਲੀ, ਠੀਕ ਹੈ। ਹਾਂ, ਮਿੱਟੀ ਰੇਤਾ ਜੋ ਮਰਜ਼ੀ ਭਰ ਸਕਦੇ ਆਪਾਂ ਇਹ 'ਚ, ਇਹਨੂੰ 25 ਟਨ ਦਾ ਜੈਕ ਲੱਗਦਾ। ਹਾਂ, 25 ਟਨ ਦਾ 250 ਕੁਇੰਟਲ, ਠੀਕ ਹੈ। ਹਾਂਜੀ ਹਾਂਜੀ, ਤੇ ਫਿਰ ਜੈਕ ਦੀ ਕੋਈ ਗਰੰਟੀ? 1 ਸਾਲ ਦੀ ਗਰੰਟੀ ਹੁੰਦੀ ਹੈ, ਕੋਈ ਲੀਕ ਹੁੰਦਾ ਪਾਰਟ ਦਾ ਚੇਂਜ ਕਰਕੇ ਦਵਾਂਗੇ ਜੀ ਆਪਾਂ। 1 ਸਾਲ ਦੀ? ਹਾਂਜੀ ਹਾਂਜੀ, 1 ਸਾਲ ਦੀ ਗਰੰਟੀ ਆ, ਠੀਕ ਹੈ। ਹਾਂਜੀ, ਸਾਲ ਤੋਂ ਕੋਈ ਮਹੀਨਾ ਉੱਪਰ ਹੋਵੇ ਤਾਂ ਵੀ ਚੇਂਜ ਕਰ ਦਾਂਗੇ ਆਪਾਂ। ਤੇ ਫਿਰ ਜਿਵੇਂ ਨਾ ਆਪਾਂ ਜਿਹੜੀ ਚਾਦਰ ਆਈ, ਹਾਂਜੀ ਹਾਂਜੀ, ਇਹ ਟਾਟਾ ਸੇਲ ਦੀ ਲੱਗਦੀ ਹੈ ਸਾਈਡ ਵਾਲੀ ਚਾਦਰ। ਹਾਂਜੀ, ਤੇ ਆਪਣੀ ਚਾਸੀ ਵੀ ਟਾਟਾ ਸੇਲ ਦੀ ਲੱਗਦੀ ਆ, ਠੀਕ ਹੈ। ਹਾਂਜੀ, ਟਾਟਾ ਦੀ ਸਾਰਾ ਤਕਰੀਬਨ ਮਾਲ ਸਾਰਾ ਵਧੀਆ ਲਾ ਰਹੇ ਆ ਆਪਾਂ, ਠੀਕ ਹੈ। ਹਾਂਜੀ ਹਾਂਜੀ, ਇਹ ਆਪਣੀ 16 ਫੁੱਟ ਜੈਕ, ਉਹ 16-7 ਆ ਗਈ ਡਬਲ ਜੈਕ, ਆਲੂ ਗੰਨੇ ਰੇਤੇ ਦੇ ਕੰਮ ਵਾਸਤੇ ਆਲ ਓਵਰ, ਠੀਕ। ਉਹ ਡਬਲ ਜੈਕ ਆ ਗਿਆ, ਰੇਲ ਦਾ ਹਿੱਸਾ ਗਿਆ ਉਹਦੇ 'ਚ, ਰੇਲ ਗੱਡੀ ਦਾ। ਇਹਦੇ ਵਿੱਚ 2 ਜੈਕ ਲੱਗੇ ਹੋਏ ਸੀ? ਹਾਂ, 2 ਜੈਕ ਨੇ ਡਬਲ ਜੈਕ। ਇਹ ਫਿਰ ਕਿੰਨੇ ਟਨ ਦੀ ਰਹੀ? ਇਹ 15-15 2-300 ਕੁਇੰਟਲ ਹੋ ਗਿਆ ਜੀ ਟੋਟਲ, 300। ਹਾਂਜੀ ਹਾਂਜੀ, ਜੇ ਹਾਂਜੀ ਹਾਂਜੀ, ਠੀਕ ਹੈ ਠੀਕ ਹੈ। ਜੇ 25-25 ਦੇ ਪਵਾਉਣੇ, 6000 ਖਰਚਾ ਵੱਧ, ਉਹ ਵੀ ਪਾ ਦਾਂਗੇ ਆਪਾਂ, ਠੀਕ ਹੈ ਠੀਕ। ਹਾਂਜੀ ਹਾਂਜੀ, ਇਹ ਆਪਣੀ ਲੰਬਾਈ 16 ਹੋ ਗਈ, ਲੰਬਾਈ 16, ਚੜਾਈ 7 ਹੋ ਗਈ ਜੀ, ਠੀਕ ਹੈ। ਹਾਂਜੀ ਹਾਂਜੀ, ਤੇ ਫਿਰ ਜਿਵੇਂ ਆਪਣੇ 16 ਫੁੱਟ ਦਾ ਇਹ ਮਾਡਲ ਖੜਿਆ ਜੀ, ਹਾਂਜੀ ਹਾਂਜੀ, ਇਹਦੇ ਵਿੱਚ ਵਰਗ ਚਲੋ ਬੰਦੇ ਨੇ ਤਿਆਰ ਕਰਵਾਉਣੀ ਹੋਵੇ ਟਰਾਲੀ, ਹਾਂਜੀ ਹਾਂਜੀ, ਕਰ ਦਾਂਗੇ। ਤੇ ਕਿੰਨੇ ਰੇਟ ਦੇ ਵੀ ਟਰਾਲੀਆਂ ਆਪਾਂ ਤਿਆਰ ਕਰਦੇ? ਇਹ ਵੀਰੇ 16 ਫੁੱਟੀ ਬਿਨਾਂ ਟਾਇਰਾਂ ਤੋਂ ਲੈਟਲ ਲੂਟਲ ਲਾ ਕੇ ਮੰਜਾ ਤਰਪਾਲ ਪੈਪ ਲਾ ਕੇ 2,65,000 ਦੀ ਹੈ ਜੀ, ਠੀਕ ਹੈ ਜੀ। ਹਾਂ, 29 ਕੁਇੰਟਲ ਵਜਨ ਬਿਨਾਂ ਟਾਇਰਾਂ ਤੋਂ, ਠੀਕ ਹੈ। ਹਾਂਜੀ ਹਾਂਜੀ, ਅਮਰ ਤੇ ਚਲੋ ਵੀ ਬੰਦਾ ਕਹਿੰਦੇ ਵੀ ਟਾਇਰ, ਹਾਂ, ਜਿੰਨੇ ਟਾਇਰ ਆਪਣੇ ਪਾਣੇ ਗਾਹਕ ਆਪਣੇ ਵੀ ਪਾ ਸਕਦਾ ਆ, ਠੀਕ। ਬਾਕੀ ਆਪਾਂ 10 ਫੁੱਟ ਤੋਂ ਲੈ ਕੇ 22 ਫੁੱਟ ਦਾ ਕਾਲ ਸਾਰੇ ਸਾਈਜ਼ ਤਿਆਰ ਕਰ ਰਹੇ ਹਾਂ। ਜੇ ਮੰਨ ਕੇ ਚਲੋ ਬੰਦਾ ਤੁਹਾਨੂੰ ਕਹਿੰਦਾ ਵੀ ਸਾਨੂੰ ਵਿਧ ਟਾਇਰ ਦਾ ਤਿਆਰ ਕਰਕੇ ਦਿਓ, ਹਾਂਜੀ, ਉਹ ਵੀ ਟਾਇਰ ਵੀ ਪਵਾ ਦਿੰਦੇ ਆ, ਟਾਇਰ ਵੀ ਪਾ ਦਿੰਦੇ ਆ ਜਿਵੇਂ ਦੇ ਕਹੂਗਾ ਗਾਹਕ।
ਉਵੇਂ ਦੇ ਪਾ ਦਾਂਗੇ। ਹਾਂਜੀ ਹਾਂਜੀ, ਹੁਣ ਵੀ ਜਿੰਨੇ ਪੈਸੇ ਬੰਦਾ, ਹਾਂਜੀ ਜਿੰਨੇ ਪਰਸੈਂਟ ਕਹੇਗਾ ਉਸ ਹਿਸਾਬ ਨਾਲ ਪਾ ਦਾਂਗੇ ਆਪਾਂ। ਠੀਕ ਹੈ ਠੀਕ, ਹਾਂਜੀ ਹਾਂਜੀ। ਤੇ ਹੁਣ ਕਿਹੜੇ ਕਿਹੜੇ ਮਾਡਲ ਜੀ ਆਪਣੇ ਕੋਲ? ਆਪਣੇ ਕੋਲ ਵੀਰੇ 12.5-6, 11.5 ਖੜੇ ਨੇਗੇ, ਪਰ 14.7 ਖੜਾ ਆ। ਠੀਕ ਹੈ, ਹਾਂਜੀ ਇਹ 12.5 ਅੱਜ ਜਾ ਰਿਹਾ ਜੀ ਬਿਆਸ ਸਾਈਡ। ਆਨਲਾਈਨ ਹੀ ਪੇਮੈਂਟ ਪਾਈ ਹੈ ਬਾਈ ਨੇ। ਠੀਕ ਹੈ, ਹਾਂ ਆਪਣੀ ਯੂਟਿਊਬ ਤੋਂ ਦੇਖ ਕੇ। ਤੇ ਇੱਕ 14.7 ਬਾਹਰਲੀ ਸਾਈਡ ਖੜਾ, ਉਹ ਆਪਣਾ ਫਤਿਹਗੜ੍ਹ ਸਾਹਿਬ ਜਾ ਰਿਹਾ ਜੀ। ਉਹ ਫਤਿਹਗੜ੍ਹ ਸਾਹਿਬ, ਹਾਂਜੀ ਇਹ 11.5 ਰੋਪੜ ਜਾਣਾ ਜੀ। ਇਹ 11.5 ਇਹ ਰੋਪੜ ਜਾਣਾ ਜੀ। ਠੀਕ ਹੈ ਠੀਕ, ਹਾਂਜੀ ਹਾਂਜੀ। ਬਾਕੀ ਡੇਲੀ 2 ਟਰਾਲੇ ਤਿਆਰ ਕਰ ਰਹੇ ਆਪਾਂ, ਡੇਲੀ ਦੋ ਟਰਾਲੇ ਤਿਆਰ ਹੋ ਰਹੇ ਨੇ ਜੀ ਆਪਣੇ ਕੋਲ। ਠੀਕ ਹੈ, ਹਾਂਜੀ ਹਾਂਜੀ। ਜੇ ਕਿਸੇ ਵੀ ਇਹਨੂੰ ਜਲਦੀ ਵੀ ਟਰਾਲਾ ਚਾਹੀਦਾ, ਹਫ਼ਤੇ ਦੇ ਅੰਦਰ ਅੰਦਰ ਦੇ ਦਾਂਗੇ ਆਪਾਂ। ਠੀਕ ਹੈ ਜੀ, ਹਾਂ। ਇਹ ਮੰਨ ਲਓ ਜਿਵੇਂ ਵੀਰੇ ਕਿਸੇ ਨੇ ਆਪਣੇ ਕੋਲ ਟਰਾਲਾ ਬੁੱਕ ਕਰਾਉਣਾ ਹੈ, ਹਾਂਜੀ ਹਾਂਜੀ, ਤਾਂ ਫਿਰ ਉਹਦੇ ਲਈ ਆਪਾਂ ਨੂੰ ਫੋਨ ਕਰਕੇ? ਹਾਂ ਫੋਨ ਕਰਕੇ ਵੀਰੇ ਆ ਜਾਓ, ਚਾਹੇ ਆਨਲਾਈਨ ਕਰ ਦਿਓ ਚਾਹੇ ਆਪਣੇ ਕੋਲ ਆ ਜਾਓ। ਹਾਂਜੀ ਹਾਂਜੀ, ਕੁਆਲਿਟੀ ਸਾਰੀ ਵਧੀਆ ਦੇਵਾਂਗੇ ਆਪਾਂ ਬਿਲਡਿੰਗ ਦੀ। ਠੀਕ ਹੈ, ਹਾਂਜੀ ਹਾਂਜੀ। ਇਹ ਜਿਵੇਂ ਡਾਲੇ ਡੁੱਲੇ ਕਿਹੜੇ ਲੱਗੇ ਵੀਰੇ? ਡਾਲੇ 2 ਫਾੜ ਨੇ ਵਿਚਾਰੋ ਖੁੱਲਣ ਵਾਲੇ ਜੀ। ਆ ਜਾਓ ਪਾਉਣੇ, ਹਾਂਜੀ ਹਾਂਜੀ ਆ ਜਾਓ, ਆ ਜਾਓ। 16.7 ਦਿਖਾ ਦਿੰਦੇ ਤੁਹਾਨੂੰ, ਆ ਜਾ ਕਦੀ ਆਪਾਂ ਉੱਧਰ 16.7 ਦਿਖਾਉਂਦੇ ਆ। ਇਹਦੇ ਚ ਗਰਾਰੀ ਲੋਕ ਲੱਗਿਆ ਹੋਇਆ ਜੀ। ਠੀਕ ਹੈ ਜੀ, ਹਾਂ ਗਰਾਰੀ ਖੁੱਲ ਜਾਂਦੀ ਆ। ਡਾਲਾ 2 ਫਾੜ ਆ ਜੀ ਸੈਂਟਰ ਚ ਖੁੱਲਣ ਵਾਲਾ। ਠੀਕ ਹੈ, ਹਾਂ ਚਿੱਟਾ ਫਰਸ਼ ਆ ਜੀ ਸਮੁੰਦਰੀ ਜਹਾਜ਼ ਦਾ, ਓਰੀਜਨਲ। ਜਰਨੀ ਪੈਂਦੀ ਇਹਨੂੰ। ਠੀਕ ਹੈ, ਇਹਨੂੰ ਮੰਨ ਲਓ ਵੀ ਜਰਨੀ ਪਊਗੀ, ਜੰਗ ਨਹੀਂ ਪੈਂਦੀ ਇਹਨੂੰ। ਉਹ ਵੀ ਆ ਦੇ ਸਾਡੇ ਹੈਵੀ ਦੇ, ਹਾਂਜੀ ਪੂਰਾ ਹੈਵੀ ਹੈ, 6 mm ਮੋਟਾਈ ਹੈ ਜੀ। ਠੀਕ ਹੈ, ਇਹਦੀ 6 mm ਮੋਟਾਈ ਦਾ, 6 mm ਮੋਟਾਈ ਹੈ ਜੀ। ਠੀਕ ਹੈ, ਹਾਂਜੀ ਹਾਂਜੀ। ਬਾਕੀ ਤਕਰੀਬਨ ਸਾਰਾ ਮਾਲ ਵਧੀਆ ਲੱਗ ਰਿਹਾ ਆਪਣਾ, ISI ਮਾਰਕ ਆ ਇਹ। ਮਾਰਕ ਚਲੋ ਵੀਰੇ, ਜਿਵੇਂ ਡਾਲਾ ਆਪਣਾ ਜੀ। ਹਾਂਜੀ ਹਾਂਜੀ, ਚਲੋ ਹੁਣ ਤਾਂ ਮਤਲਬ ਜਿਵੇਂ ਖਾਲੀ ਆਈ। ਹਾਂਜੀ ਹਾਂਜੀ, ਇਹਦੇ ਵਿੱਚ ਮਤਲਬ ਚਲੋ ਸਭ ਤੋਂ ਜ਼ਿਆਦਾ ਕਾਮਯਾਬ ਡਾਲਾ ਇਹ ਹੋ ਗਿਆ ਜੀ। 100-95% ਡਾਲੇ ਲੋਕ ਕਸਟਮਰ ਇਹ ਕਰਵਾ ਰਹੇ ਨੇ। ਅੱਜ ਵੀ ਸਵੇਰੇ 3 ਟਰਾਲੇ ਬੁੱਕ ਕਰੇ ਨੇ, 3 ਦੀ ਡਿਲੀਵਰੀ ਕਰ ਰਹੇ ਅੱਜ ਆਪਾਂ, 3 ਬੁੱਕ ਕਰੇ ਆ। ਹਾਂਜੀ, ਸਭ ਤੋਂ ਜ਼ਿਆਦਾ ਹੀ ਡਾਲਾ ਚੱਲ ਰਿਹਾ। ਹਾਂਜੀ ਹਾਂਜੀ, ਜਿਵੇਂ ਵੀਰੇ ਇਹ ਆਪਣਾ ਟਰਾਲੀ ਸਾਰਾ ਤਿਆਰ ਖੜੀ ਹੈ। ਹਾਂਜੀ ਹਾਂਜੀ, ਓਰੀਜਨ ਕੰਪਲੀਟ ਆ। ਹਾਂਜੀ ਹਾਂਜੀ, ਲੱਗੀ ਹੋਈ, ਹਾਂਜੀ ਕੰਪਲੀਟ ਆ ਵੀਰੇ, ਵਿੱਚ ਜਿਵੇਂ ਵਿੱਚ ਟਾਇਰ ਪਏ ਹੋਏ ਨੇ। ਹਾਂਜੀ ਹਾਂਜੀ, ਇਹ ਕਿੰਨੇ ਦੀ ਟਰਾਲੀ? ਮਤਲਬ ਚਲੋ ਇੱਕ ਇਹ ਵੀਰੇ, ਵੈਸੇ ਆਪਾਂ 10,000 ਦੇ ਟਾਇਰ ਪਾਏ ਆ, ਦਾਗੀ ਟਾਇਰ ਆ, ਮਤਲਬ ਖੜਾਉਣ ਵਾਸਤੇ ਪਾਏ ਜੇ, ਟਾਇਰਾਂ ਸਮੇਤ 2,075 ਦੀ ਆ। ਹਾਂਜੀ, ਬਾਕੀ ਰੇਟ ਦਾ ਆਪਣੇ ਫਿਕਸ ਹੁੰਦੇ, 1,500 ਦਾ ਮਾਨਤਾਨ ਹੋ ਜਾਂਦਾ ਮੌਕੇ ਤੇ। ਠੀਕ, ਹਾਂ ਵੀਡੀਓ ਵਿੱਚ ਆਪਾਂ ਰੇਟ ਜਾਇਜ਼ ਹੀ ਪਾ ਰਹੇ ਆ। ਮਤਲਬ ਜਿਵੇਂ ਕੋਈ ਬੰਦਾ ਕਹਿੰਦਾ ਮੈਨੂੰ ਇੱਕ ਵਾਰ ਜਾਲੀ ਵਗੈਰਾ ਨਹੀਂ ਚਾਹੀਦੀ, ਹਾਂ ਉਹ ਆਪਾਂ ਨਹੀਂ ਲਾਉਂਦੇ, ਆਪਾਂ ਟਰਾਲਾ ਤਿਆਰ ਕਰਦੇ ਘਟਾ ਦਾਂਗੇ ਜੀ, ਜੋ ਵੀ ਰੇਟ ਹੋ। ਫਿਰ ਰੇਟ ਤੱਕ? ਹਾਂ 6-7,000 ਰੁਪਏ ਤਾਂ ਜਾਲੀ ਘੱਟ ਦਿੰਦੀ ਹੈ ਜੀ। ਠੀਕ, ਹਾਂਜੀ ਹਾਂਜੀ, ਕੋਈ ਲਾਈਟਾਂ ਨਹੀਂ ਲਵਾਉਣੀ, 4,000 ਦੀਆਂ ਲਾਈਟਾਂ ਘੱਟ ਦਿੰਦੀਆਂ ਨੇ, ਕੋਈ ਟੇਪ ਦਾ ਕੰਮ ਨਹੀਂ ਕਰਾਉਣਾ, 3-4,000 ਉਹਦਾ ਘੱਟ ਦਿੰਦਾ। ਠੀਕ ਹੈ ਠੀਕ, ਹਾਂਜੀ ਹਾਂਜੀ। ਬਾਕੀ ਉਹ ਕਸਟਮਰ ਆ ਗਏ ਆਪਣੇ ਕੋਲ, ਇੱਕ ਹੋਰ ਸਾਹਮਣੇ ਵੀਡੀਓ ਦੇਖ ਰਹੇ ਜੋ ਬਾਈ ਉਹਨੂੰ, ਹਾਂਜੀ ਲੈਣਾ, ਹਾਂ ਟਰਾਲੀ ਦੇਖਣ ਆਏ ਨੇ ਉਹ ਵੀ। ਠੀਕ, ਹਾਂਜੀ ਹਾਂਜੀ। ਠੀਕ ਹਾਂਜੀ ਹਾਂਜੀ,
ਹਾਂਜੀ ਵੀਰੋ, ਇਹ ਸੀ ਬਾਈ ਜੀ ਜਿਹਨਾਂ ਨੇ ਆਪਾਂ ਨੂੰ ਰਾਜਿਆਂ ਦਾ ਰੇਟ ਮਾਡਲ ਅਤੇ ਸਾਰੀ ਜਾਣਕਾਰੀ ਦਿੱਤੀ। ਬਾਈ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਆਪਣੇ ਕੰਟੈਕਟ ਨੰਬਰ ਬੋਲਦਾ ਜੀ। ਹਾਂਜੀ ਵੀਰੇ, 62 39 40 52 40 ਆਪਣਾ ਕੰਟੈਕਟ ਨੰਬਰ, ਇੱਕੋ ਹੀ ਨੰਬਰ ਹੈ ਜੀ। ਯੂਟਿਊਬ ਤੇ ਰੈਡ ਜਾਜ ਪਟਿਆਲਾ ਆਪਣਾ ਚੈਨਲ, ਇੰਸਟਾਗ੍ਰਾਮ ਤੇ ਫੈਂਸੀ ਅੰਡਰਸਕੋਰ ਸੇਲ ਟਰੋਲੀ ਸੇਲ, ਫੈਂਸੀ ਟਰੋਲੀ ਸੇਲ। ਤੇ ਦੂਜਾ ਆਪਣਾ ਇੱਕ ਵਾਰ ਫਿਰ ਤੋਂ ਜਾਂਦੇ ਜਿਹੜੀ ਲੋਕੇਸ਼ਨ ਆ ਉਹ ਸਮਾਨ, ਲੋਕੇਸ਼ਨ ਵੀਰੇ ਆਪਣਾ ਜ਼ਿਲ੍ਹਾ ਪਟਿਆਲਾ ਸ਼ਹਿਰ ਸਮਾਣਾ, ਸਮਾਣੇ ਤੋਂ 7 ਕਿਲੋਮੀਟਰ ਅੱਗੇ ਗੜੀ ਸਾਹਿਬ ਧਨੇਠੇ ਦੇ ਨਾਲ ਰਾਜਗੜ੍ਹ ਸੌਂਦੇ ਵਾਲਾ ਪਿੰਡ ਪੈਂਦਾ ਜੀ ਆਪਣਾ। ਬਾਕੀ ਜੇ ਕਿਸੇ ਵੀਰ ਨੇ ਆਉਣਾ ਆਪਣੇ ਨਾਲ ਕੰਟੈਕਟ ਕਰ ਸਕਦਾ, ਆਪਾਂ ਲੋਕੇਸ਼ਨ ਭੇਜ ਦਾਂਗੇ ਉਹਨੂੰ ਵਟਸਐਪ ਤੇ। ਹਾਂਜੀ 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 ਵੀਰੋ, ਅਸੀਂ ਬਾਈ ਜਿਹਨਾਂ ਨੇ ਆਪਾਂ ਨੂੰ ਟਰਾਲਿਆਂ ਦੀ ਪੂਰੀ ਜਾਣਕਾਰੀ ਦਿੱਤੀ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਜੇ ਫੇਸਬੁੱਕ ਪੇਜ ਦੇਖ ਰਹੇ ਹੋ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਬਾਕੀ ਆਪਣੀ ਵੀਡੀਓ ਲਾਈਕ ਸ਼ੇਅਰ ਕਮੈਂਟ, ਧੰਨਵਾਦ ਜੀ।